ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਆਪਸ ਵਿੱਚ ਮਾਰਕੁੱਟ ਵੀ ਸ਼ੁਰੂ ਹੋ ਗਈ। ਇਸ ਲੜਾਈ ਦੇ ਵਿੱਚ ਕੁਝ ਪਿੰਡ ਵਾਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਉਪਚਾਰ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਉਣਾ ਪਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਪੂਰੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ। ਗੱਲ ਇਹ ਸੀ ਵੀ ਆਪਾਂ ਸੰਗ ਦਾ ਚੋਲਾ ਸਾਹਿਬ ਨੂੰ ਮੇਲਾ ਲੱਗਦਾ ਵਾ, ਉਹਦੇ ਸੰਬੰਧ ਵਿੱਚ ਹਰ ਵਾਰੀ ਅਖੰਡ ਪਾਠ ਸਾਹਿਬ ਰਖਾਈਦਾ ਵਾ, ਇੱਥੇ ਲੰਗਰ ਲਾਈਦਾ, ਸੰਗਤਾਂ ਆਉਂਦੀਆਂ ਨੇ ਲੰਘਦੀਆਂ ਨੇ। ਇਸ ਵਾਰ ਵੀ ਲੰਗਰ ਲਗਾਇਆ ਜਾ ਰਿਹਾ ਵਾ। ਇਹਨਾਂ ਨੇ ਕੀ ਕੀਤਾ ਵਾ, ਬਾਹਰੋਂ ਕੁਝ ਸਿੰਘ ਨਿਹੰਗ ਸਿੰਘ ਆਏ ਨੇ, ਉਹ ਕਹਿੰਦੇ ਜੀ ਤੁਸੀਂ ਇੱਥੇ ਪਾਠ ਨਹੀਂ ਰੱਖ ਸਕਦੇ, ਇਹ ਕਮਰਾ ਹੀ ਸਾਰੀ ਵਿਵਾਦ ਮੁਕਾ ਕੇ ਖਤਮ ਕਰਕੇ ਪਿੱਛੇ ਅਖੰਡ ਪਾਠ ਸਾਹਿਬ ਰਖਵਾ ਲਿਆ ਵਾ। ਇਹਨਾਂ ਨੇ ਬੁਲਾ ਕੇ ਵੀ ਚਲੋ ਰਖਵਾ ਲਿਆ, ਅਕਾਲ ਤਖ਼ਤ 'ਤੇ ਤੁਹਾਡਾ ਜੋ ਹੁਕਮਨਾਮਾ ਹੋਏਗਾ ਵੀ ਅੱਗੇ ਤੋਂ ਜੇ ਉਹਨਾਂ ਨਾਲ ਗੱਲਬਾਤ ਹੋਏਗੀ ਕੀ ਨਿਬੜੇਗਾ ਅਸੀਂ ਠੀਕ ਆ ਜੀ, ਜੇ ਉਹ ਕਹਿਣ ਕਰਨਗੇ ਆਪਾਂ ਤੋਂ ਨਹੀਂ ਰਖਾਵਾਂ ਕਰਾਂਗੇ। ਇਹਦੇ ਵਿੱਚ ਆੜ ਵਿੱਚ ਬੰਦੇ ਸੱਦ ਲਏ ਆ, ਬੰਦੇ ਸੱਦ ਕੇ ਪਿੱਛੋਂ ਜਿਹੜਾ ਹਰਵਿੰਦਰ ਸਿੰਘ ਆ ਉਹਨੇ ਆਣ ਕੇ ਅਤੇ ਮੇਰੇ ਟੱਪ ਮਾਰਨ ਕਿਰਪਾਨ ਕੱਢੀ ਆ ਅਤੇ ਟੱਪ ਮਾਰਨ ਸ਼ੁਰੂ ਕਰਦਾ, ਮੈਨੂੰ ਯਕਦਮ ਪਤਾ ਲੱਗਾ ਮੈਂ ਅੱਗੇ ਕੀਤੀ, ਮੇਰੇ ਪੱਗ ਹੀ ਪੱਗ ਕੱਟੀ ਗਈ, ਕੁਛ ਮੇਰੇ ਉਂਗਲ 'ਤੇ ਲੱਗ ਗਈ ਕਿਰਪਾਨ। ਮੈਂ ਜਾਣ ਭੈਣਾਂ ਪਿੱਛੇ ਭੱਜਿਆ ਵਾਂ, ਭੱਜਿਆ ਅਤੇ ਮੈਂ ਅੱਗੇ ਕਣਕਾਂ ਗਈ, ਕਣਕ 'ਚ ਡਿੱਗ ਪਿਆ, ਉਹਨੇ ਜਿਹਨੂੰ ਲਖਵਿੰਦਰ ਸਿੰਘ ਨੇ ਫੜੀ ਆ ਕਿਰਪਾਨ, ਉਹਨੇ ਮੇਰੇ ਮਾਰਤੀ ਆ, ਮੈਂ ਜਿਹਨੂੰ ਡਿੱਗ ਪਿਆ ਮੇਰੇ ਕਿਰਪਾਨ ਵੱਜਦਾ ਵੱਜਦਾ ਮੇਰੇ ਇੱਥੇ ਕਿਰਪਾਨ ਵੱਜ ਗਈ ਆ। ਹਰਵਿੰਦਰ ਸਿੰਘ ਫਿਰ ਪਿਆ ਵਾ ਅਤੇ ਹਰਵਿੰਦਰ ਸਿੰਘ ਨੇ ਦੂਜੀ ਕਿਰਪਾਨ ਮਾਰੀ ਆ, ਮੇਰੀ ਦੂਜੀ ਇੱਥੇ ਵੱਜ ਗਈ ਆ। ਇੰਨੇ ਚਿਰ ਨੂੰ ਅਮਰੀਕ ਸਿੰਘ ਉਹ ਆਇਆ ਵਾ, ਉਹਨੇ ਮੇਰੇ ਆਣ ਕੇ ਅਤੇ ਇੱਥੇ ਗੋਡੇ 'ਤੇ ਡਾਂਗ ਮਾਰ ਦਿੱਤੀ, ਇਹ ਕਰੀਬ 5-6 ਬੰਦੇ ਫਿੱਟੜ ਹੋਏ ਜੀ ਅਤੇ ਬਾਕੀ ਕੁਝ ਭੱਜ ਕੇ ਬਚਾ ਗਏ। ਹਾਂਜੀ, ਬਾਹਰੋਂ ਨਿਹੰਗ ਸਿੰਘ ਸੱਦੇ, ਲਖਵਿੰਦਰ ਸਿੰਘ ਨੇ ਅਤੇ ਹਰਵਿੰਦਰ ਸਿੰਘ ਨੇ ਮਿਲੀ ਭੁਗਤ ਨਾਲ, ਉਹਨਾਂ ਕੋਲ ਸਾਰੇ ਹਥਿਆਰ ਵੀ ਹੈਗੇ ਸੀ ਅਤੇ ਉਹ ਸੱਦੇ ਆ।
ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਠ ਰੱਖਿਆ ਸੀ ਇੱਥੇ ਜਿਹੜੇ ਪਿੰਡ ਦੇ ਬੰਦੇ ਆ ਅਤੇ ਬਾਹਰੋਂ ਕੁਛ ਜਿਹੜੀ ਸਿੱਖ ਜਥੇਬੰਦੀਆਂ ਸੀ ਉਹ ਇੱਥੇ ਆਈ ਅਤੇ ਦੋਵੇਂ ਧਿਰਾਂ ਦੇ ਵਿੱਚ ਫਿਰ ਤਕਰਾਰ ਹੋਈ ਅਤੇ ਪੁਲਿਸ ਨੇ ਪਹਿਲਾਂ ਤਾਂ ਮੌਕੇ 'ਤੇ ਬਚਾਅ ਕਰ ਲਿਆ ਕਿ ਨੁਕਸਾਨ ਨਾ ਹੋਏ ਕਿਸੇ ਵੀ ਤਰੀਕੇ ਦਾ ਜਾਨੀ ਮਾਲੀ। ਦੂਜੀ ਗੱਲ ਜਿਹੜੀ ਵੀ ਕੋਈ ਇੱਥੇ ਘਟਨਾ ਵਾਪਰੀ ਹੈ ਉਹਦੇ ਰਿਗਾਰਡਿੰਗ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਅੰਡਰ ਦਾ ਰਿਲੀਵੈਂਟ ਸੈਕਸ਼ਨਸ ਆਫ ਲੋਅ ਆਪਾਂ FIR ਰਜਿਸਟਰ ਕਰ ਰਹੇ ਹਾਂ ਅਤੇ ਕਾਨੂੰਨ ਆਪਣਾ ਕੰਮ ਕਰੂਗਾ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਤੇ ਅੱਗੇ ਦੀ ਪ੍ਰੋਟੈਕਸ਼ਨ ਲਈ ਆਪਾਂ ਇੱਥੇ ਫੋਰਸ ਵੀ ਛੱਡ ਕੇ ਜਾ ਰਹੇ ਹਾਂ। ਹਾਂਜੀ, ਥੈਂਕ ਯੂ। ਕਿ ਕੁਝ ਲੋਕ ਸ਼ਰਾਰਤੀ ਅਕਾਲ ਤਖ਼ਤ ਦੇ ਨਾਂ ਥੱਲੇ ਵੀ ਅਸੀਂ ਸਤਿਕਾਰ ਕਮੇਟੀ ਹਾਂ ਅਤੇ ਲੋਕਾਂ ਦੀਆਂ ਭਾਵਨਾਵਾਂ 'ਤੇ ਪਾਣੀ ਫੇਰਦੇ ਨੇ। ਇਸ ਜਗ੍ਹਾ 'ਤੇ ਕਿਸੇ ਵੇਲੇ ਇਹ ਆਦੀਆਂ ਪਿੰਡ ਹੁੰਦਾ ਸੀ, ਦਰਿਆ ਦੀ ਮਾਰ ਦੇ ਨਾਲ ਇਹ ਪਿੰਡ ਜਿਹੜਾ ਉੱਜੜ ਕੇ ਥੋੜ੍ਹਾ ਜਿਹਾ ਅੱਗੇ ਜਾ ਕੇ ਬੈਠ ਗਿਆ ਔਰ ਇਹ ਲੈਂਟਰ ਵਾਲੀ ਬਿਲਡਿੰਗ ਲੋਕਾਂ ਨੇ ਬਣਾਈ ਹੈ। ਇਹਦੇ ਵਿੱਚ ਗੁਰੂ ਦਾ ਸਤਿਕਾਰ ਕਰਕੇ ਅਤੇ ਅਖੰਡ ਪਾਠ ਰਖਾਇਆ ਵਾ ਅਤੇ ਸਤਿਕਾਰ ਕਮੇਟੀ ਵਾਲੇ ਕੁਝ ਲੋਕ ਗੈਰ ਜ਼ਿੰਮੇਵਾਰ ਆਏ ਅਤੇ ਇੱਥੇ ਵੱਢ ਟੁੱਕ ਕਰ ਗਏ ਨੇ ਵੀ ਇੱਥੇ ਅਖੰਡ ਪਾਠ ਕਿਉਂ ਕਰਾਇਆ। ਹੁਣ ਤੁਸੀਂ ਵੇਖੋ ਲਾਗੇ ਨਾ ਕੋਈ ਮੰਦਰ ਆ, ਨਾ ਕੋਈ ਕਬਰ ਹੈ, ਨਾ ਕੋਈ ਗੱਲ, ਨਾ ਕੋਈ ਬਾਤ। ਪੁਰਾਣਾ ਪਿੰਡ ਹੈ, ਕਿਤੇ ਅੰਗਰੇਜ਼ ਦੇ ਟਾਈਮ ਤੋਂ ਪਹਿਲਾਂ ਦੀ ਇੱਥੇ ਇੱਕ ਪਰਲੇ ਪਾਸੇ ਬਿਲਡਿੰਗ ਬਣੀ ਹੋਈ ਹੈ, ਉਹਦੀ ਆੜ ਲੈ ਕੇ ਅਤੇ ਮੈਂ ਸਮਝਣਾ ਕਿ ਪਿੰਡ ਦੀ ਧੜੇਬੰਦੀ ਕਾਰਨ ਇਹ ਲੋਕ ਜਿਹੜੇ ਨੇ ਐਂਟਰ ਹੋਏ ਨੇ। ਇਸ ਬੜਾ ਦੁੱਖ ਹੋਇਆ, ਬਹੁਤ ਮੁਸ਼ਕਲ ਆਈ ਹੈ ਔਰ ਅੱਜ ਵੀ ਕੋਈ ਵੀ ਇਸ ਤਰ੍ਹਾਂ ਦੀ ਹੁਕਮਦੂਲੀ ਨਹੀਂ ਹੋਏਗੀ ਜਿਹੜਾ ਉਹਦੇ ਉੱਤੇ ਜੋ ਲਿਖਿਆ ਜੋ SHO ਸਾਹਿਬ ਨੇ ਪੜ੍ਹ ਕੇ ਸੁਣਾਇਆ ਫਿਰ SHO ਦੇ ਕਹਿਣ ਦੇ ਉੱਤੇ ਦਰਾਂਗਲਾ 'ਚ ਬਰਾਂਪਰ SHO ਦੋਵਾਂ ਦੇ ਕਹਿਣ ਦੇ ਉੱਤੇ ਰਾਜ਼ੀਨਾਮਾ ਲਿਖਿਆ ਜਾਣ ਡਿਆ। ਲਿਖਿਆ ਜਾਣ ਦੇ ਪਿੱਛੇ ਇੰਨੇ ਨਾਲ ਹੀ ਮੁੰਡੇ ਦਾ ਨਾਂ ਬਲਰਾਜ ਸਿੰਘ ਸਾਨੂੰ ਸਤਨਾਮ ਸਿੰਘ ਜਿਹਨੇ ਪਿੱਛੋਂ ਗਾਲ ਕੱਢ ਦਿੱਤੀ ਹੈ, ਗਾਲ ਕੱਢਣ ਕਰਕੇ ਕੁਝ ਸਿੰਘ ਸਾਡੇ ਉਹਨਾਂ ਨੇ ਉਹਨਾਂ ਨੂੰ ਗਾਲ ਕੱਢਣ ਤੋਂ ਰੋਕਿਆ। ਜਿਹੜੀ ਗੱਲ ਇਹਨਾਂ ਨੇ ਜਿਹੜੀ ਮਗਰੋਂ ਗੱਲ ਕੀਤੀ ਇਹਨਾਂ ਨੇ ਕਿ ਉੱਥੇ ਲੰਗਰ 'ਚ ਗਏ, ਕੋਈ ਵੀ ਲੰਗਰ 'ਚ ਉੱਥੇ ਨਹੀਂ ਗਿਆ, ਨਾ ਹੀ ਇਸ ਪੁਲ ਤੋਂ ਅੱਗੇ ਕੋਈ ਗਿਆ, ਸਾਰੇ ਪ੍ਰਸ਼ਾਸਨ ਨਾ ਪ੍ਰਸ਼ਾਸਨ ਨੇ ਜਾਣ ਦਿੱਤਾ, ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਸਾਰਾ ਕੁਝ ਹੋਇਆ, ਉਹ ਰਾਜ਼ੀਨਾਮੇ ਦੀ ਕਾਪੀ ਵੀ ਸਾਡੇ ਕੋਲ ਆ। ਲੜਾਈ ਇਸ ਕਰਕੇ ਉਹਦਾ ਮੁੰਡਾ ਗਾਲ ਕੱਢਦਾ ਸੀ, ਜਿਹੜੇ ਬੰਦੇ ਚਾਰ ਅੱਗੋਂ ਲਿਖ ਰਹੇ ਸੀ ਨਾ, ਜਿਹੜੇ ਲਿਖਾ ਰਹੇ ਸੀ ਉਹਨਾਂ ਦੇ ਚਾਰ ਬੰਦੇ ਲਿਖਾ ਰਹੇ ਸੀ, ਉਹ ਜਿਹੜੇ ਸਾਡੇ ਇੱਧਰ ਦੇ ਵੀ ਚਾਰ ਬੰਦੇ ਲਿਖ ਰਹੇ ਸੀ, ਬੜੇ ਵਧੀਆ ਗੱਲ ਚੱਲ ਰਹੀ ਦਰਾਂਗਲਾ SHO ਬ੍ਰਹਮਪੁਰ SHO ਬੜੇ ਤਰੀਕੇ ਨਾਲ ਸੰਭਾਲ ਰਹੇ ਸੀ ਉਹਨੂੰ, ਪਿੱਛੋਂ ਗਾਲ ਕੱਢਣ ਦੀ ਦੇਰ ਆ। ਹੁਣ ਵੀ ਜਦੋਂ ਫਿਰ ਵਾਪਸ ਵੱਡੇ ਸਾਹਿਬ ਆਏ ਨੇ SP ਸਾਹਿਬ ਜਾਂ ਹੋਰ ਵੀ ਕੋਈ ਪੁਲਿਸ ਆਈ ਆ, ਉਹਨਾਂ ਨੇ ਦੱਸਿਆ ਕਿ ਅਸੀਂ SHO ਸਾਹਿਬ ਨੇ ਦੱਸ ਦਿੱਤਾ ਆ ਉਹਨਾਂ ਨੂੰ ਵੀ ਉਹਨਾਂ ਦੀ ਗਲਤੀ ਸੀ। ਇਹ ਗੱਲਾਂ ਪਹਿਲਾਂ ਹੋ ਚੁੱਕੀਆਂ ਪਰ ਹੁਣ ਪਤਾ ਨਹੀਂ ਕੀ ਗਾਂ ਚੱਲ ਰਿਹਾ, ਕੀ ਪ੍ਰੋਪੋਗੰਡਾ ਚੱਲ ਰਿਹਾ, ਕੋਈ ਨਵੀਂ ਚਾਲ ਇਹਨਾਂ ਦੀ ਕੋਈ ਚੱਲ ਰਹੀ ਆ। ਅਕਾਲ ਤਖ਼ਤ 'ਚ ਜਾਏਗੀ, ਅਕਾਲ ਤਖ਼ਤ 'ਚ ਜਾਏਗੀ, ਹਰ ਜਥੇਬੰਦੀ 'ਚ ਗੱਲ ਜਾਏਗੀ ਔਰ ਇਸ ਗੱਲ ਦੀ ਹਰ ਜਗ੍ਹਾ 'ਤੇ ਗੱਲ ਪਹੁੰਚੇਗੀ। ਇਹੋ ਜਿਹੀ ਕੋਈ ਗੱਲ ਨਹੀਂ ਕਿ ਇੱਥੇ ਹੀ ਗੱਲ ਠੱਪੀ ਜਾਏਗੀ, ਅਕਾਲ ਤਖ਼ਤ ਸਾਹਿਬ 'ਤੇ ਵੀ ਜਾਏਗੀ, ਹਰ ਜਥੇਬੰਦੀ 'ਚ ਜਾਏਗੀ, ਸਤਿਕਾਰ ਕਮੇਟੀ ਵਾਲਿਆਂ ਕੋਲ ਵੀ ਗੱਲ ਜਾਏਗੀ, ਸਾਰਕ ਗੱਲ ਜਾਏਗੀ। ਜੋ ਫੈਸਲਾ ਦੇਣਗੇ ਉਹ ਫੈਸਲਾ ਮਨਜ਼ੂਰ ਆ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, WebTV। Audio Jungle.